ਉਬਰ ਚੋਂ ਜਿਵੇਂ ਆਮ ਅਫਵਾਹਾਂ ਚੱਲਦੀਆਂ ਨੇ, ਉਬਰ 'ਚ ਬਣਦਾ ਨਹੀਂ ਕੱਖ, ਵੀ ਅਸੀਂ ਟੋਰਾਂਟੋ ਜਾਂਦੇ ਹਾਂ ਕਿਰਾਇਆ ਵੀ ਪੂਰਾ ਨਹੀਂ ਹੁੰਦਾ, ਉਹਦੇ ਬਾਰੇ ਤੁਸੀਂ ਕਹਿੰਦੇ ਹੋ ਸੱਚ ਆ ਝੂਠਾ? ਤੁਹਾਨੂੰ ਪਤਾ ਕੰਮ ਘਟਿਆ ਹੋਇਆ ਵਾ ਤਾਂ ਜਿਹੜੀ ਜਨਤਾ ਵਿਹਲੀ ਆ ਕੁਛ ਨਾ ਕੁਛ ਕਰਨ ਨੂੰ ਤਾਂ ਉਬਰ ਚਲਾ ਲੈਂਦੇ ਆ ਸਾਰਾ ਖਰਚਾ ਪਾਣੀ ਚਲਾਉਣ ਨੂੰ। ਉਬਰ 'ਤੇ ਸਭ ਤੋਂ ਪਹਿਲਾਂ ਤਾਂ ਡਿਪੈਂਡ ਕਰਦਾ ਕਿ ਤੁਹਾਡੇ ਕੋਲ ਆਈਡੀ ਕਿਹੜੀ ਆ, ਜਿਵੇਂ ਇਹ 'ਚ ਕਾਰ ਦੀ ਆਈਡੀ ਆਉਂਦੀ ਆ, ਬਾਈਕ ਦੀ ਆਈਡੀ ਆਉਂਦੀ ਆ, ਤੁਰ ਕੇ ਆਈਡੀ ਆਉਂਦੀ। ਮੀਂਹ ਪੈਂਦਾ ਹੋਵੇ ਜਾਂ ਸਨੋਅ ਹੋਵੇ ਉਦੋਂ ਕੰਮ ਥੋੜ੍ਹਾ ਪੀਕ 'ਤੇ ਹੁੰਦਾ ਵਾ। ਜਿਹੜਾ ਸਾਈਕਲ ਆ ਤੁਸੀਂ ਬੈਟਰੀ ਵਾਲਾ ਸਾਈਕਲ ਲਿਆ, ਮੋਸਟਲੀ ਸਾਰਿਆਂ ਨੇ ਦੂਜਾ ਸਾਈਕਲ ਕਾਮਯਾਬ ਆ ਕਿ ਨਹੀਂ ਇਹ 'ਤੇ ਹੀ ਕੰਮ ਚੱਲਦਾ? ਜਿਵੇਂ ਹੁਣ ਮੈਂ ਨਵਾਂ ਬੰਦਾ, ਹੁਣ ਮੈਨੂੰ ਥੋੜ੍ਹਾ ਜਿਹਾ ਮੈਪ ਦੇਖਣ ਨੂੰ ਜਾਂ ਰਾਹ ਲੱਭਣ ਨੂੰ ਥੋੜ੍ਹਾ ਟਾਈਮ ਲੱਗਦਾ। ਪਤਾ ਵੀ ਨੌਜਵਾਨ ਕਹਿੰਦੇ ਨੇ ਕੰਮ ਨਹੀਂ ਹੈਗਾ ਬ੍ਰੈਂਪਟਨ ਦੇ ਵਿੱਚ ਜਾਂ ਟੋਰਾਂਟੋ ਚ ਲਾ ਲਓ, ਕੰਮ ਨਹੀਂ ਹੈਗਾ, ਹੈ ਨਾ? ਵੀ ਜੇ ਕਿਸੇ ਨੇ ਉਬਰ ਕਰਾਉਣ ਸ਼ੁਰੂ ਕਰਨੀ ਹੋਵੇ ਕਰ ਸਕਦਾ, ਉਹਦੇ ਲਈ ਠੀਕ ਆ ਜਾਂ ਕੀ ਸਿਸਟਮ? ਨਹੀਂ ਵਿਹਲਿਆਂ ਨਾਲ ਉਦਾਂ ਠੀਕ ਹੈ ਵੀਰੇ। ਜੇ ਕੋਈ ਵੀਰ ਤੁਹਾਡੇ ਨਾਲ ਸ਼ੁਰੂ ਕਰਨੀ ਚਾਹੁੰਦਾ ਆਈਡੀ, ਤੁਹਾਡਾ ਕੋਈ ਨੰਬਰ ਜਾਂ ਤੁਹਾਨੂੰ ਆਪਾਂ ਆਈਡੀ ਤੇ ਚੱਲ ਤੁਹਾਨੂੰ ਦੱਸ ਦਾਂਗੇ, ਤੁਹਾਡੀ ਆਈਡੀ ਤੁਹਾਨੂੰ ਨਾਲ ਸੰਪਰਕ ਕਰ ਸਕਦਾ, ਉਹ ਹੈਲਪ ਕਰ ਸਕਦੇ ਹੋ? ਹਾਂਜੀ ਕਰ ਦਾਂਗੇ ਭਾਜੀ। ਕੰਮ ਤਾਂ ਵੀਰੇ ਆਇਆ ਵੀ ਫੇਰੇ ਤੁਰੇ ਵਾਲਾ, ਜ਼ਿਆਦਾ ਕੋਈ ਭਾਰ ਨਹੀਂ ਚੱਕਣਾ, ਕੋਈ ਵਜਨ ਵਾਲਾ ਨਹੀਂ ਹੈਗਾ, ਬਸ ਆਇਆ ਜਿੰਨਾ ਕੁ ਤੁਸੀਂ ਭੱਜ ਲਓਗੇ ਉਨੇ ਕੁ ਪੈਸੇ ਕਮਾ ਲਓਗੇ। ਆਮ ਕੋਈ ਇੱਥੇ ਪਾਰਕਿੰਗ ਦੀ ਤੁਹਾਨੂੰ ਸਾਈਕਲ ਨਾਲ ਪ੍ਰੋਬਲਮ ਤਾਂ ਨਹੀਂ, ਪੁਲਿਸ ਵੱਲੋਂ ਕੋਈ ਟਿਕਟ ਮਿਲ ਜਾਊਗਾ, ਇੱਦਾਂ ਕੁਛ ਸਿਸਟਮ ਤਾਂ ਨਹੀਂ? ਉਹਦਾ ਕੋਈ ਚੱਕਰ ਨਹੀਂ, ਬਸ ਹੋਮਲੈਸਾਂ ਤੋਂ ਹੀ ਡਰ ਲੱਗਦਾ। ਐਂ ਹੁੰਦਾ ਕਈ ਵਾਰ ਬਸ ਬਿਲਡਿੰਗ 'ਚ ਚਲੇ ਜਾਂਦੇ ਹਾਂ ਵੀਰੇ, ਉਹਨਾਂ ਕੋਲ ਗਰੈਂਡਰ ਵਗੈਰਾ ਹੁੰਦਾ ਬੈਗ 'ਚ, ਵੱਢ ਕੇ ਬਸ ਆਪਣੇ ਆਉਣ ਨੂੰ ਲੈ ਜਾਂਦੇ ਆ ਸਾਈਕਲ। ਜਿਵੇਂ ਆਪਾਂ ਸਾਈਕਲ ਲੈਂਦੇ ਹਾਂ ਇਹ ਹੋਣਾ ਚਾਹੀਦਾ, ਪਹਿਲੀ ਮੇਨ ਗੱਲ ਇਹ ਹੋਣੀ ਚਾਹੀਦੀ ਕਿ ਆਪਾਂ ਜਿਵੇਂ ਉੱਪਰ ਆਰਡਰ ਦੇਣ ਜਾ ਰਹੇ ਹਾਂ ਕਿ ਜਿੰਨੀ ਛੇਤੀ ਹੋ ਸਕੇ ਉਨੀ ਛੇਤੀ ਥੱਲੇ ਬੰਦਾ ਆਵੇ ਅਤੇ ਲੋਕ ਥੋੜ੍ਹੇ ਮਜ਼ਬੂਤ ਹੋਣ। ਇਹਦਾ ਸਿੰਪਲ ਸਾਈਕਲ ਆ ਵੀਰੇ ਕੋਲ, ਕਿੱਦਾਂ ਤੁਹਾਨੂੰ ਕਿਵੇਂ ਲੱਗਿਆ? 1 ਵੀਕ ਹੋਇਆ ਹਲੇ, 1 ਹਫ਼ਤਾ ਹੋਇਆ, ਕਿਵੇਂ ਲੱਗਾ ਤੁਹਾਨੂੰ? ਕਿਵੇਂ ਲੱਗਾ ਉਬਰ ਦਾ? ਬੜੀ ਚਲਦੀ ਹੈ ਬਾਈ, ਬੜੀ ਚਲਦੀ ਹੈ। ਕਿਆ ਬਾਤ ਹੈ ਬੰਦੇ ਯਾਰ, ਬੜੀਆ ਰੈਂਟ ਨਿਕਲ ਜਾਏਗਾ ਮੇਰਾ ਮਹੀਨੇ ਦਾ, ਠੀਕ ਹੈ, ਰੈਂਟ ਗਰੋਸਰੀ ਵਗੈਰਾ ਸਭ ਨਿਕਲ ਜਾਏਗੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਆਪਣੇ ਬਹੁਤ ਸਾਰੇ ਭਰਾ ਨਾ ਟੋਰਾਂਟੋ 'ਚ ਉਬਰ ਕਰਦੇ, ਤੁਸੀਂ ਸੁਣੇ ਹੋਣੇ ਆ, ਹੈ ਨਾ? ਬਹੁਤ ਸਾਰੇ ਵੀਰ ਸਾਡੇ ਸਾਈਕਲ 'ਤੇ ਉਬਰ ਕਰਦੇ ਆ, ਬਹੁਤ ਮਿਹਨਤ ਕਰਦੇ ਸਾਡੇ ਪੰਜਾਬ ਦੇ ਪੁੱਤ, ਹੈ ਨਾ? ਜਾਂ ਜਿਹੜੇ ਵੀ ਵਿਦੇਸ਼ਾਂ ਤੋਂ ਚੱਲ ਕੇ ਇੱਥੇ ਆਏ ਆ, ਹੈ ਨਾ, ਰੁਜ਼ਗਾਰ ਦੇ ਲਈ। ਅਤੇ ਵੀਰੇ ਕਿੱਦਾਂ ਯਾਰ ਉਬਰ ਦੇ ਬਾਰੇ ਬਹੁਤ ਗੱਲਾਂ ਚੱਲਦੀਆਂ ਨੇ, ਵੀ ਉਬਰ 'ਚ ਬਣਦਾ ਨਹੀਂ ਜਾਂ ਜੇ ਕਿੱਦਾਂ ਕੀ ਸਿਸਟਮ ਉਬਰ ਦਾ? ਬਈ ਉਬਰ 'ਤੇ ਸਭ ਤੋਂ ਪਹਿਲਾਂ ਤਾਂ ਡਿਪੈਂਡ ਕਰਦਾ ਕਿ ਤੁਹਾਡੇ ਕੋਲ ਆਈਡੀ ਕਿਹੜੀ ਆ, ਜਿਵੇਂ ਇਹ 'ਚ ਕਾਰ ਦੀ ਆਈਡੀ ਆਉਂਦੀ ਆ, ਬਾਈਕ ਦੀ ਆਈਡੀ ਆਉਂਦੀ ਆ, ਤੁਰ ਕੇ ਆਈਡੀ ਆਉਂਦੀ ਆ। ਅੱਛਾ, ਜਿਵੇਂ ਤੁਹਾਨੂੰ ਪਤਾ ਵਾ ਕਿ ਜਿੰਨੇ ਵਧੀਆ ਆਪਣੇ ਕੋਲ ਕਨਵੈਂਸ ਹੋਣਗੇ, ਵਹੀਕਲ ਹੋਣਗੇ, ਉਸ ਹਿਸਾਬ ਨਾਲ ਆਰਡਰ ਪੈਂਦੇ ਆ। ਜੇ ਤੁਹਾਡੇ ਕੋਲ ਗੱਡੀ ਵਾਲੀ ਆਈਡੀ ਆ ਤਾਂ ਵਧੀਆ ਆਰਡਰ ਪੈਂਦੇ, ਦੂਰ ਦੇ ਪੈਂਦੇ ਆ। ਅਤੇ ਜਿਵੇਂ ਬਾਈਕ ਦੇ ਆਈਡੀ ਆ ਜਾਂਦੀ ਆ ਤਾਂ ਬਾਈਕ ਦੇ ਵਿੱਚ ਇੱਦਾਂ ਕਿ ਥੋੜ੍ਹੇ ਨੋਰਮਲ ਮੀਡੀਅਮ ਜੀ ਰੇਂਜ, ਜਿਵੇਂ 10 ਕਿਲੋਮੀਟਰ, 8 ਕਿਲੋਮੀਟਰ, 5 ਕਿਲੋਮੀਟਰ, ਜਿਵੇਂ ਕਾਰ 'ਤੇ ਤੁਹਾਨੂੰ ਥੋੜ੍ਹੇ ਦੂਰ ਦੇ ਵੀ ਮਿਲ ਜਾਂਦੇ ਆ, ਅਤੇ ਉਸ ਹਿਸਾਬ ਨਾਲ ਪੈਸੇ ਬਣਦੇ ਆ ਜੀ। ਅਤੇ ਇਹ 'ਚ ਮੇਨ ਡਿਪੈਂਡ ਕਰਦਾ ਵਾ ਕਿ ਵੀਕਐਂਡਸ 'ਤੇ ਜਿਵੇਂ ਹੁੰਦਾ ਵਾ ਤਾਂ ਵੱਧ ਪੈਸੇ ਬਣਦੇ ਜੀ, ਅਤੇ ਥੋੜ੍ਹਾ ਜਿਹਾ ਜਿਵੇਂ ਆਪਾਂ ਨੂੰ ਜਿਵੇਂ ਮੀਂਹ ਪੈਂਦਾ ਹੋਵੇ ਜਾਂ ਸਨੋਅ ਹੋਵੇ ਉਦੋਂ ਕੰਮ ਥੋੜ੍ਹਾ ਪੀਕ 'ਤੇ ਹੁੰਦਾ ਵਾ, ਜ਼ਿਆਦਾ ਹੁੰਦਾ ਕੰਮ। ਹਾਂਜੀ, ਅਤੇ ਜਿਵੇਂ ਆਪਾਂ ਨੋਰਮਲ ਡੇਜ਼ 'ਚ ਵੀ ਆਈਏ, ਜਿਵੇਂ ਵੀਕਡੇਜ਼ ਤੋਂ ਲੈਦਾ ਤਾਂ ਸਮਝ ਲਓ ਤੁਸੀਂ ਮੋਰਨਿੰਗ 9 ਵਜੇ ਤੋਂ ਲੈ ਕੇ 1 ਵਜੇ ਤੱਕ ਕੰਮ ਹੁੰਦਾ ਵਾ, ਅਤੇ 1 ਵਜੇ 2 ਵਜੇ ਤੋਂ ਲੈ ਕੇ 5 ਵਜੇ ਦੇ ਵਿੱਚ ਥੋੜ੍ਹਾ ਜਿਹਾ ਸਲੋਅ ਹੁੰਦਾ, ਅਤੇ ਫਿਰ ਬਾਅਦ 'ਚੋਂ ਆਰਡਰ ਸਟਾਰਟ ਹੋ ਜਾਂਦੇ ਆ ਪੈਣੇ। ਕਿੰਨੇ ਕੁ ਮੁੰਡੇ ਲਗਭਗ ਹੈਗਾ ਆਈਡੀਆ ਵੀ ਜਿਹੜੇ ਮੁੰਡੇ ਇੱਥੇ ਟੋਰਾਂਟੋ 'ਚ ਕਰਦੇ ਉਬਰ? ਭਾਜੀ ਆਈਡੀਆ ਇੱਦਾਂ ਤਾਂ ਨਹੀਂ ਦੇ ਸਕਦੇ, ਅੱਜ ਕੱਲ੍ਹ ਤੁਹਾਨੂੰ ਪਤਾ ਕੰਮ ਘਟਿਆ ਹੋਇਆ ਵਾ ਤਾਂ ਜਿਹੜੀ ਜਨਤਾ ਵਿਹਲੀ ਆ ਕੁਛ ਨਾ ਕੁਛ ਕਰਨ ਨੂੰ ਤਾਂ ਉਬਰ ਚਲਾ ਲੈਂਦੇ ਆ ਸਾਰਾ ਖਰਚਾ ਪਾਣੀ ਚਲਾਉਣ ਨੂੰ, ਤਾਂ ਮੇਰੇ ਹਿਸਾਬ ਨਾਲ ਵਾਧੂ ਜਨਤਾ ਆਉਂਦੀ ਆ। ਜਿਹੜਾ ਸਾਈਕਲ ਆ ਤੁਸੀਂ ਬੈਟਰੀ ਵਾਲਾ ਸਾਈਕਲ ਲਿਆ, ਮੋਸਟਲੀ ਸਾਰਿਆਂ ਨੇ ਦੂਜਾ ਸਾਈਕਲ ਕਾਮਯਾਬ ਆ ਕਿ ਨਹੀਂ ਇਹ 'ਤੇ ਹੀ ਕੰਮ ਚੱਲਦਾ?
ਦੂਜਾ ਭਾਜੀ ਔਖਾ ਵਾ, ਦੂਜੇ ਦਾ ਇਹ ਹੈ ਕਿ ਆਪਾਂ ਜਿਵੇਂ ਛੋਟੇ ਆਰਡਰ ਮਾਰਨੇ ਹੁਣ ਜਿਵੇਂ 2 ਕਿਲੋਮੀਟਰ 3 ਕਿਲੋਮੀਟਰ ਤਾਂ ਉਹਦੇ ਵਾਸਤੇ ਸਹੀ ਆ, ਇਹਦੇ ਨਾਲ ਇਹ ਹੈ ਕਿ ਆਪਾਂ ਥੋੜੇ ਵੱਡੇ ਆਰਡਰ ਵੀ ਮਾਰ ਸਕਦੇ ਹਾਂ। ਉਬਰ ਚੋਂ ਜਿਵੇਂ ਆਮ ਅਫਵਾਹਾਂ ਚੱਲਦੀਆਂ ਨੇ ਉਬਰ ਚ ਬਣਦਾ ਨੀ ਕੱਖ, ਵੀ ਅਸੀਂ ਟੋਰਾਂਟੋ ਜਾਂਦੇ ਹਾਂ ਕਿਰਾਇਆ ਵੀ ਪੂਰਾ ਨੀ ਹੁੰਦਾ, ਉਹਦੇ ਬਾਰੇ ਤੁਸੀਂ ਕਹਿੰਦੇ ਹੋ ਸੱਚ ਆ ਝੂਠ ਆ? ਨਹੀਂ ਨਹੀਂ ਭਾਜੀ ਉਹ ਗੱਲ ਨੀ ਹੈਗੀ, ਉਹ ਮੇਰੇ ਹਿਸਾਬ ਨਾਲ ਸਹੀ ਹੈ ਕਿਉਂਕਿ ਮੇਰੀ ਸਹੀ ਚੱਲਦੀ ਹੈ ਆਈਡੀ, ਤੇ ਬਾਕੀ ਮੈਂ ਮੁੰਡੇ ਦੇਖਿਆ ਕੋਈ 20 ਘੰਟੇ ਚ 400 ਵੀ ਬਣਾਉਂਦਾ, ਕੋਈ 300 ਵੀ ਬਣਾਉਂਦਾ, ਕੋਈ 320 ਬਣਾਉਂਦਾ। ਇਹ ਭਾਜੀ ਏਦਾਂ ਵਾ ਕਿ ਜਿਹਨੂੰ ਜਿਹਨੂੰ ਜ਼ਿਆਦਾ ਐਕਸਪੀਰੀਅੰਸ ਹੋ ਗਿਆ, ਜਿਵੇਂ ਹੁਣ ਮੈਂ ਨਵਾਂ ਬੰਦਾ, ਹੁਣ ਮੈਨੂੰ ਥੋੜਾ ਜਿਹਾ ਮੈਪ ਦੇਖਣ ਨੂੰ ਜਾਂ ਰਾਹ ਲੱਭਣ ਨੂੰ ਥੋੜਾ ਟਾਈਮ ਲੱਗਦਾ, ਜਿਵੇਂ ਹੁਣ ਪੁਰਾਣੇ ਬੰਦੇ ਕਰਦੇ 1 ਸਾਲ ਹੋ ਗਿਆ 1.5 ਸਾਲ ਹੋ ਗਿਆ, ਉਹਨਾਂ ਨੂੰ ਅੰਦਾਜ਼ਾ ਵਾ ਕਿ ਜਿਹੜਾ ਸ਼ੋਰਟ ਕੱਟਾ ਕਿੱਧਰੋਂ ਜਾਣਾ, ਤਾਂ ਉਹ ਹਿਸਾਬ ਨਾਲ ਉਹ ਥੋੜੀ ਸਪੀਡ ਨਾਲ ਆਰਡਰ ਕਰ ਪੈਂਦੇ ਨੇ, ਤਾਂ ਉਹਨਾਂ ਨੂੰ ਟਾਈਮ ਜ਼ਿਆਦਾ ਬਚਦਾ ਵਾ, ਤੇ ਤਾਂ ਕਰਕੇ ਥੋੜੇ ਵੱਧ ਪੈਸੇ ਬਣਾ ਲੈਂਦੇ ਨੇ। ਠੀਕ ਆ ਬਾਈ, ਇਹਨਾਂ ਗੱਲ ਬਾਈ ਕੀ ਨਾਮ ਤੁਹਾਡਾ? ਬਲਜਿੰਦਰ ਸਿੰਘ ਵੀਰੇ। ਕਿੰਨਾ ਚਿਰ ਹੋ ਗਿਆ ਉਬਰ ਕਰਦੇ ਨੂੰ? ਹੋ ਗਿਆ ਵੀਰੇ 1 ਸਾਲ ਹੋ ਗਿਆ। 1 ਸਾਲ ਹੋ ਗਿਆ, ਫਿਰ ਤਾਂ ਮੈਂ ਕਹਿੰਦਾ ਸਾਰੇ ਮੌਸਮ ਦੇਖ ਲਏ ਹੋਣਾ, ਸਨੋਅ ਗਰਮੀ ਗਰਮੀ ਦੇਖ ਲਈ ਹੈ ਨਾ? ਸਾਰਾ ਕੁਝ ਦੇਖ ਲਿਆ ਵੀਰੇ। ਕਿਵੇਂ ਆ ਕਿਹੜਾ ਸਾਈਕਲ? ਪਹਿਲਾਂ ਤੇਰਾ ਸਾਈਕਲ ਕਿਹੜਾ? ਸਾਈਕਲ ਆ ਵੀਰੇ ਕਿਹੜਾ? ਸਾਈਕਲ ਬੈਂਟਰੀ ਦਾ ਹੈ, ਚਿੱਟਾ ਹੈ, ਤੇ ਕਿਵੇਂ ਆ ਤੂੰ ਦੱਸੀ ਮਾੜਾ ਜਿਹਾ, ਕਿਵੇਂ ਆ ਉਬਰ ਦਾ ਕੀ ਸਿਸਟਮ ਆ ਟੋਰਾਂਟੋ 'ਚ? ਵਧੀਆ ਵੀਰੇ, ਠੀਕ ਆ, ਥੋੜਾ ਜਿਹਾ ਹੁਣ ਪੁਰਾਣੇ ਕਰਕੇ ਪਤਾ ਸਾਨੂੰ ਤਾਂ, ਹਾਂ ਜਿਹੜੇ ਹੁਣ ਨਵੇਂ ਬੰਦੇ ਉਹਨਾਂ ਨੂੰ ਥੋੜਾ ਜਿਹਾ ਇਦਾਂ ਵਾ ਵੀ ਪਤਾ ਨੀ ਲੱਗਦਾ ਵੀਰੇ, ਰਾਹਾਂ ਰੂਹਾਂ ਦਾ ਮੈਪ ਵਗੈਰਾ ਚਲਾਉਣੇ ਪੈਂਦੇ ਆ, ਅਸੀਂ ਉਦਾਂ ਹੀ ਜੇਬ 'ਚ ਪਾ ਕੇ ਬਸ ਫੋਨ ਚਲੇ ਜਾਂਦੇ ਆ। ਜੇ ਨਾ ਕੋਈ ਜਿਵੇਂ ਆਪਣੇ ਆਪਾਂ ਨੂੰ ਪਤਾ ਵੀ ਨੌਜਵਾਨ ਕਹਿੰਦੇ ਨੇ ਕੰਮ ਨੀ ਹੈਗਾ ਬ੍ਰੈਂਪਟਨ ਦੇ ਵਿੱਚ ਜਾਂ ਟੋਰਾਂਟੋ 'ਚ ਲਾ ਲਓ ਕੰਮ ਨੀ ਹੈਗਾ, ਹਨਾ, ਵੀ ਜੇ ਕਿਸੇ ਨੇ ਉਬਰ ਕਰਾਉਣ ਸ਼ੁਰੂ ਕਰਨੀ ਹੋਵੇ ਕਰ ਸਕਦਾ, ਉਹਦੇ ਲਈ ਠੀਕ ਆ ਜਾਂ ਕੀ ਸਿਸਟਮ? ਨਹੀਂ ਵਿਹਲਿਆਂ ਨਾਲ ਉਦਾਂ ਠੀਕ ਆ ਵੀਰੇ, ਜਿਵੇਂ ਕੋਈ ਆਪਦਾ ਰੈਂਟ ਵਗੈਰਾ ਨਿਕਲੀ ਜਾਣਾ 20 ਘੰਟਿਆਂ ਨਾਲ, ਅੱਛਾ, ਜਿਹੜਾ ਬੰਦਾ ਮਿਹਨਤ ਕਰੂਗਾ, ਕੀ ਬਾਤ ਆ ਯਾਰ, ਤੇ ਬਾਅਦ ਚੋਂ ਨਾਲੇ ਫਿਰ ਆਏ ਆ ਵੀ ਵਰਕ ਤੇ ਹੋ ਗਏ ਬੰਦਾ, ਜਦ ਤੱਕ ਨਾਲੇ ਪਤਾ ਲੱਗ ਜਾਂਦਾ, ਫਿਰ ਉਦੋਂ ਬਾਅਦ ਉਬਰ ਐਕਸ ਵਗੈਰਾ ਉਹ ਕਰ ਲੈਂਦਾ, ਗੱਡੀ ਕਿੰਨੀ ਚੱਲਿਆ ਜਾਂਦਾ। ਠੀਕ ਆ, ਤੇ ਸਾਈਕਲ ਕਿੰਨੇ ਦਾ ਹੁੰਦਾ ਇਹ? ਸਾਈਕਲ ਹੈਗਾ ਭਾਜੀ 2000 ਦਾ। ਜਿਹੜੀ ਪਹਿਲਾਂ ਜੇ ਬੰਦੇ ਨੇ ਪਹਿਲਾਂ ਸਟਾਰਟ ਕਰਨੀ ਹੈ ਜੇ ਸਾਈਕਲ ਲੈਣ ਦੀ ਲੋੜ ਤਾਂ ਪਹਿਲਾਂ ਸਿੰਪਲ ਸਾਈਕਲ ਦੀ ਅੱਜ ਵਿੱਚ ਹੈ? ਹਾਂਜੀ, ਪਹਿਲਾਂ ਵੀਰੇ ਉੱਥੋਂ ਆਪਣੇ ਮਿਲ ਜਾਂਦਾ ਰੈਂਟ ਤੇ, ਉਹਦੇ ਹੁੰਦੇ ਆ $12 ਦਾ ਪਾਸ ਹੁੰਦਾ। ਠੀਕ ਹੈ, ਤੇ ਉਹ ਆਪਾਂ ਉੱਥੋਂ ਪਰਚੇਸ ਕਰਕੇ ਸਾਰੀ ਦਿਹਾੜੀ ਉਹਨੂੰ ਚਲਾ ਸਕਦੇ ਹਾਂ। ਠੀਕ ਹੈ, ਉਹ ਪਰ ਹੁੰਦਾ ਮੈਨੂਅਲੀ ਆ। ਇੱਕ ਮੈਂ ਤੁਹਾਨੂੰ ਚਲੋ ਪਰਸਨਲ ਜਿਹਾ, ਮੈਨੂੰ ਇਹ ਵੀ ਜੇ ਕੋਈ ਵੀਰ ਤੁਹਾਡੇ ਨਾਲ ਸ਼ੁਰੂ ਕਰਨੀ ਚਾਹੁੰਦਾ ਆਈਡੀ, ਤੁਹਾਡਾ ਕੋਈ ਨੰਬਰ ਜਾਂ ਤੁਹਾਨੂੰ ਆਪਾਂ ਆਈਡੀ ਤੇ ਚੱਲ ਤੁਹਾਨੂੰ ਦੱਸ ਦਾਂਗੇ, ਤੁਹਾਡੀ ਆਈਡੀ ਤੁਹਾਨੂੰ ਨਾਲ ਸੰਪਰਕ ਕਰ ਸਕਦਾ, ਉਹ ਹੈਲਪ ਕਰ ਸਕਦੇ ਹੋ? ਹਾਂਜੀ, ਕਰ ਦਾਂਗੇ ਭਾਜੀ। ਤੁਹਾਡੀ ਆਈਡੀ ਕੀ ਨਾਮ ਤੇ ਇੰਸਟਾ ਤੇ? ਵਿੱਕੀ ਜੰਡ। ਲਓ ਜੀ, ਮੈਂ ਬਾਈ ਨਾਲ ਆਈਡੀ ਆਪਣੀ ਵੀਡੀਓ ਕਲੈਬ ਕਰ ਦੂੰਗਾ, ਕੋਈ ਵੀਰ ਸਾਡਾ ਭਰਾ ਵਿਹਲਾ ਬੈਠਾ ਉਬਰ ਕਰਨੀ ਚਾਹੁੰਦਾ ਟੋਰਾਂਟੋ ਜਾ ਕੇ, ਤਾਂ ਵੀਰ ਥੋੜਾ ਬਹੁਤ ਗਾਈਡ ਕਰ ਦੂਗਾ, ਹਨਾ, ਕਿਉਂਕਿ ਦੇਖੋ ਇੱਕ ਦੂਜੇ ਨਾਲ ਸਾਥ ਦੇ ਕੇ ਆਪਾਂ ਕਾਮਯਾਬ ਹੋਣਾ ਹੈ। ਤੇ ਮਾੜਾ ਕੈਮਰੇ ਨਾਲ ਦਿਖਾ ਦਿਓ, ਇਹ ਜਿਹੜੇ ਅਸੀਂ ਅੱਜ ਡੱਬੇ 'ਚ ਖੜੇ ਹਾਂ ਟ੍ਰੇਨ ਵਾਲੇ 'ਚ, ਇਹ ਸਾਰੇ ਸਾਈਕਲ ਵੀਰ ਹੋਣੀ ਮਿਹਨਤ ਕਰਦੇ ਨੇ। ਅੱਛਾ, ਚਲੇ ਗਏ ਵੀਰੇ ਮੁੰਡੇ? ਅੱਛਾ, ਚਲੇ ਗਏ ਸੰਡੇ ਕਰਕੇ, ਥੋੜਾ ਜਿਹਾ ਅੱਜ ਕੰਮ ਸਲੋ ਸੀਗਾ ਤਾਂ ਕਰਕੇ ਪਹਿਲਾਂ ਚਲੇ ਗਏ। ਕੰਮ ਤਾਂ ਜਾਨੀ ਹਾਰਡ ਆ, ਸੌਖਾ ਕੰਮ ਤਾਂ ਮਤਲਬ ਵਧੀਆ, ਹਨਾ? ਹਾਂਜੀ, ਕੰਮ ਤਾਂ ਵੀਰੇ ਆਇਆ ਵੀ ਫੇਰੇ ਤੁਰੇ ਵਾਲਾ, ਜ਼ਿਆਦਾ ਕੋਈ ਭਾਰ ਨਹੀਂ ਚੱਕਣਾ, ਕੋਈ ਵਜਨ ਵਾਲਾ ਨਹੀਂ ਹੈਗਾ, ਬਸ ਆਇਆ ਜਿੰਨਾ ਕੁ ਤੁਸੀਂ ਭੱਜ ਲਓਗੇ ਉਨੇ ਕੁ ਪੈਸੇ ਕਮਾ ਲਓਗੇ। ਦੱਸੋ ਕੋਈ ਆਮ ਕੋਈ ਇੱਥੇ ਪਾਰਕਿੰਗ ਦੀ ਤੁਹਾਨੂੰ ਸਾਈਕਲ ਨਾਲ ਪ੍ਰੋਬਲਮ ਤਾਂ ਨਹੀਂ, ਪੁਲਿਸ ਵੱਲੋਂ ਕੋਈ ਟਿਕਟ ਮਿਲ ਜਾਊਗਾ, ਇੱਦਾਂ ਕੁਛ ਸਿਸਟਮ ਤਾਂ ਨਹੀਂ? ਉਹਦਾ ਕੋਈ ਚੱਕਰ ਨਹੀਂ, ਬਸ ਹੋਮਲੈਸਾਂ ਤੋਂ ਡਰ ਲੱਗਦਾ ਵੀਰੇ। ਅੱਛਾ, ਉਹ ਚੱਕ ਲੈਂਦੇ ਆ ਮੈਨੂੰ ਯਾਰ, ਇਹ ਹੋਮਲੈਸ ਕੀ ਚੋਰੀ ਕਰਦੇ ਆ ਤੁਹਾਡੇ ਨਾਲ ਲੜ ਪੈਂਦੇ ਆ, ਗੱਲ ਕੀ ਹੁੰਦੀ ਆ? ਮੈਂ ਦੇਖਿਆ ਟੋਰਾਂਟੋ 'ਚ ਬਾਹਲੇ ਫਿਰਦੇ ਆ। ਉਹ ਐਂ ਹੁੰਦਾ ਕਈ ਵਾਰ ਬਸ ਬਿਲਡਿੰਗ 'ਚ ਚਲੇ ਜਾਂਦੇ ਆ ਵੀਰੇ, ਉਹਨਾਂ ਕੋਲ ਗਰੈਂਡਰ ਵਗੈਰਾ ਹੁੰਦਾ ਬੈਗ 'ਚ, ਵੱਢ ਕੇ ਬਸ ਆਪਣੇ ਆਉਣ ਨੂੰ ਲੈ ਜਾਂਦੇ ਆ ਸਾਈਕਲ। ਹੈ ਹਾਂਜੀ ਵੀਰੇ, ਹੋਰ ਕੋਈ ਖਤਰਾ ਆਮ ਤੁਹਾਡਾ? ਹੋਰ ਕੋਈ ਖਤਰਾ? ਬਸ ਹੋਰ ਤਾਂ ਖਤਰਾ ਇਹੀ ਆ, ਜਿਵੇਂ ਗਰੈਂਡਰ ਦੀਆਂ, ਮੈਂ ਤਾਂ ਮੈਂ ਵੀਡੀਓ ਦੇਖੀਆਂ ਨੇ ਬਹੁਤ ਵੀ ਗਰੈਂਡਰ ਦਾ ਸਾਈਕਲ ਵੱਢ ਕੇ ਲੈ ਜਾਂਦੇ, ਇਹ ਸੱਚਾਈ ਤੁਸੀਂ ਦੇਖੀ ਆਪ? ਹਾਂਜੀ, ਦੇਖੀ ਆ ਭਾਜੀ, ਈਟਨ ਸੈਂਟਰ ਬਹੁਤ ਆ। ਵੀਰੇ ਨਾਲ ਗੱਲ ਕਰਾਂ, ਕੀ ਕਹਿੰਦੇ ਹੋ? ਮੇਰਾ ਭਾਜੀ ਨੋਰਮਲ ਮੈਨੂਅਲ ਸਾਈਕਲ ਤੇ ਕੀਤੀ ਮੈਂ, ਜਿਵੇਂ ਸਟਾਰਟ ਕੀਤੀ ਸੀ ਉਦੋਂ, ਤਾਂ ਉਹ ਮੇਰਾ ਸਾਈਕਲ ਚੋਰੀ ਹੋ ਗਿਆ ਸੀ, ਲੋਕ ਕੱਟ ਕੇ ਲੈ ਗਏ ਸੀ। ਹਾਂਜੀ, ਲੋਕ ਕੱਟ ਗਏ? ਮੈਂ ਉੱਪਰ ਆਰਡਰ ਦੇਣ ਗਿਆ ਸੀਗਾ, ਤੇ ਜਦ ਤੱਕ ਮੈਂ ਥੱਲੇ ਆਇਆ ਤਾਂ ਲੋਕ ਕੱਟਿਆ ਹੋਇਆ ਸੀਗਾ ਉਹਦਾ। ਅੱਛਾ, ਹਾਂ, ਤੇ ਚੋਰੀ ਹੋ ਗਿਆ ਸੀ ਮੇਰੇ ਸਾਈਕਲ। ਰਿਪੋਰਟ ਕੀਤੀ? ਕੋਈ ਕਾਰਵਾਈ ਕੁਛ ਕਰਵਾਉਣ ਦੀ ਕੋਸ਼ਿਸ਼ ਕੀਤੀ? ਕੀ ਕੀਤਾ? ਨਾ ਭਾਜੀ, ਕੋਈ ਕਹਿੰਦੇ ਕੋਈ ਫਾਇਦਾ ਨਹੀਂ, ਪੁੱਛਿਆ ਸੀਗਾ। ਹਾਂ,
ਕੋਈ ਫਾਇਦਾ ਨਹੀਂ ਜੀ। ਲੋਕ ਥੋੜਾ ਜਿਵੇਂ ਆਪਾਂ ਸਾਈਕਲ ਲੈਣੇ ਆਏ ਹੋਣਾ ਚਾਹੀਦਾ, ਪਹਿਲੀ ਮੇਨ ਗੱਲ ਇਹ ਹੋਣੀ ਚਾਹੀਦੀ ਕਿ ਆਪਾਂ ਜਿਵੇਂ ਉੱਪਰ ਆਰਡਰ ਦੇਣ ਜਾ ਰਹੇ ਹਾਂ ਕਿ ਜਿੰਨੀ ਛੇਤੀ ਹੋ ਸਕੇ ਉਨੀ ਛੇਤੀ ਥੱਲੇ ਬੰਦਾ ਆਵੇ ਤੇ ਲੋਕ ਥੋੜੇ ਮਜ਼ਬੂਤ ਹੋਣ ਆਪਣੇ, ਕਿ ਜਿਵੇਂ ਦੋ ਕੁ ਲੋਕ ਹੋਵੇ ਸਾਈਕਲ ਦੇ, ਜਿਵੇਂ ਕੋਈ ਬੰਦਾ ਕੱਟੇ ਵੀ ਬੰਦਾ ਕੱਟੇ ਵੀ ਤਾਂ ਉਨੀ ਦੇਰ ਨੂੰ ਆਪਾਂ ਥੱਲੇ ਆ ਜਾਈਏ। ਲੋਕ ਨਾ ਆਪਾਂ ਕਿਸੇ ਦੇ ਨਾਲ ਲਾਈਏ ਤਾਂ ਓਦਾਂ ਆਪਾਂ ਟਾਇਰ ਨੂੰ ਲਾ ਕੇ ਭੱਜ ਜਾਂਦੇ ਹਾਂ, ਜੇ ਆਪਾਂ ਕੋਈ ਵੀ ਆਪਾਂ ਨੂੰ ਪੋਲ ਦੀਂਦਾ ਨਾਲ ਉਹਨੂੰ ਕਿਸੇ ਨਾ ਬੰਨ ਦੋ ਤੇ ਓਦਾਂ ਨਾ ਖੜਾ ਉਹ ਜਿੱਥੇ ਨਹੀਂ ਜਗ੍ਹਾ, ਚੱਲ ਉੱਥੇ ਤਾਂ ਕਢਾਉਣਾ ਹੀ ਆਪਾਂ। ਜਗ੍ਹਾ ਹੁੰਦੀ ਆ ਜਿਵੇਂ ਅਪਾਰਟਮੈਂਟ ਵਿੱਚ ਸਾਈਕਲ ਪਾਰਕ ਕਰਨ ਦੀ ਜਗ੍ਹਾ ਹੁੰਦੀ ਆ, ਤਾਂ ਉਹ ਚ ਆਪਾਂ ਲੋਕ ਫਸਾ ਕੇ ਮਤਲਬ ਟਾਇਰ ਦੇ ਨਾਲ ਬਣ ਕੇ ਈਜ਼ੀਲੀ ਆਪਾਂ ਕਰ ਸਕਦੇ ਹਾਂ, ਤੇ ਉਹਦੇ ਨਾਲ ਇਹ ਹੁੰਦਾ ਕਿ ਥੋੜੀ ਮਜ਼ਬੂਤੀ ਮਿਲ ਜਾਂਦੀ ਆ, ਕਿ ਲੋਕ ਵੱਢਣ ਨੂੰ ਜੇ ਕਿਸੇ ਨੇ ਵੱਢਣ ਦੀ ਕੋਸ਼ਿਸ਼ ਵੀ ਕਰੂਗਾ ਉਹਨੂੰ ਦਿੱਕਤ ਆਊਗੀ, ਛੇਤੀ ਨਹੀਂ ਵੱਢ ਪਾਊਗਾ। ਤੁਹਾਡਾ ਕੀ ਨਾਮ ਵੀਰੇ? ਮੇਰਾ ਅੰਕਿਤ ਆ ਬਾਈ। ਅੰਕਿਤ ਤੇ ਕਿੱਥੋਂ ਤੁਸੀਂ? ਮੈਂ ਹਰਿਆਣੇ ਤੋਂ। ਅੱਛਾ, ਹਰਿਆਣੇ ਵਾਲਾ ਬਾਈ ਵੀ ਚੱਲ ਆ ਗਿਆ ਨਾਲ, ਹਨਾ। ਤੁਹਾਨੂੰ ਕਿੰਨਾ ਚਿਰ ਹੋ ਗਿਆ ਉਬਰ ਕਰਦੇ ਨੂੰ? ਮੇਰੇ ਕੋਲ ਇੱਕ ਹਫ਼ਤਾ ਹੋ ਗਿਆ। ਇੱਕ ਹਫ਼ਤਾ ਹੋਊਗਾ ਵੀ, ਨਵਾਂ ਹੀ ਹੈ? ਸਾਈਕਲ ਕਿਹੜਾ ਫਿਰ? ਸਾਈਕਲ ਸਿੰਪਲ ਆ ਬਾਈ। ਅੱਛਾ, ਸਿੰਪਲ ਸਾਈਕਲ ਆ ਵੀਰੇ ਕੋਲ। ਕਿੱਦਾਂ ਤੁਹਾਨੂੰ ਕਿਵੇਂ ਲੱਗੇ? 1 ਵੀਕ ਹੋਇਆ ਹਲੇ, ਇੱਕ ਹਫ਼ਤਾ ਹੋਇਆ, ਕਿਵੇਂ ਲੱਗਾ ਤੁਹਾਨੂੰ? ਕਿਵੇਂ ਲੱਗਾ ਉਬਰ ਦਾ? ਬੜੀਆ ਚਲਦੀ ਹੈ ਬਾਈ। ਬੜੀ ਚਲਦੀ ਹੈ? ਕੀ ਬਾਤ ਹੈ ਬੰਦੇ ਯਾਰ। ਬੜੀਆ, ਰੈਂਟ ਨਿਕਲ ਜਾਏਗਾ ਮੇਰਾ ਮਹੀਨੇ ਦਾ। ਠੀਕ ਹੈ, ਰੈਂਟ ਗਰੋਸਰੀ ਵਗੈਰਾ ਸਭ ਨਿਕਲ ਜਾਏਗੀ। ਠੀਕ ਆ ਬਾਈ ਜੀ। ਜਿਵੇਂ ਭਾਜੀ ਮੇਰੇ ਸਾਹਮਣੇ ਆਇਆ ਕਿ ਜਿਵੇਂ ਆਪਾਂ ਵਿਹਲੇ ਰਹਿ ਕੇ ਘਰੇ ਵੀ ਟਾਈਮ ਖਰਾਬ ਕਰਦੇ ਹਾਂ, ਕਿ ਬੰਦਾ ਜਿਵੇਂ ਕੋਈ ਵੀ ਇੰਸਟਾਲ ਕਰਕੇ ਤੇ ਨਾਲ ਰਿਜ਼ਿਊਮ ਲਿਆਵੇ, ਜਿਵੇਂ ਇੱਥੇ ਨੇ ਰੈਸਟੋਰੈਂਟ ਆ, ਰਿਜ਼ਿਊਮ ਬਣ ਦੇਵੇ, ਰਿਜ਼ਿਊਮ ਬਣ ਦੇਵੇ ਬੰਦਾ, ਜਿਵੇਂ ਗਰੋਸਰੀ ਸਟੋਰ ਆ, ਕਿਤੇ ਨਾ ਕਿਤੇ ਤਾਂ ਕੋਈ ਗੱਲ ਬਣ ਹੀ ਜਾਂਦੀ ਆ। ਇਹ ਮੇਰੇ ਸਾਹਮਣੇ ਆਇਆ ਕਿ ਆਪਾਂ ਜਾਂ ਨਵੇਂ ਨਵੇਂ ਐਕਸਪੋਜ਼ਰ ਵੀ ਮਿਲਦਾ ਆਪਾਂ ਨੂੰ, ਜਿਵੇਂ ਘੁੰਮਣ ਨਾਲ ਟੋਰਾਂਟੋ ਪਤਾ ਲੱਗਦਾ ਚੀਜ਼ਾਂ ਦਾ ਚਾਰ। ਤੁਹਾਡੇ ਆਪਸ ਵਿੱਚ ਮੁੰਡੇ ਬਹੁਤ ਗਿਣਤੀ ਚ ਨੇ, ਹਨਾ, ਆਪਸ ਵਿੱਚ ਕਿੱਦਾਂ ਉੱਪਰ ਵਾਲਾ ਪਿਆਰ ਪੂਰ ਹੈਗਾ ਜਾਂ ਲਾਗ ਡਾਟ ਚੱਲਦੀ ਰਹਿੰਦੀ ਹੈ? ਪੂਰਾ ਪੂਰੀ ਹੈਗਾ ਵੀਰੇ, ਪਿਆਰ ਹੈਗਾ ਪੂਰਾ। ਕੋਈ ਗੱਲਬਾਤ ਹੁੰਦੀ ਹੈ ਜਿਵੇਂ ਇਕੱਠੇ ਹੋਏ ਨੇ, ਹਨਾ, 5-4 ਜਾਣੇ ਹਰੇਕ ਦੇ ਗਰੁੱਪ ਚ ਹੈਗੇ, ਜਿਵੇਂ ਮੇਰੇ ਯਾਰ ਮਿੱਤਰ ਟੋਰਾਂਟੋ ਲਾ ਵੀ ਦੱਬ ਲਿਆ ਸੀਗਾ, ਉਹ ਟ੍ਰੇਨ ਕੈਂਸਲ ਹੋ ਗਈ ਸੀ ਵੀਰੇ, ਉਹ ਦਸੰਬਰ ਕ ਦੀ ਮੈਨੂੰ ਲੱਗਦਾ ਗੱਲ ਆ ਪਿਛਲੇ ਦੀ। ਮੈਂ ਇੱਥੇ ਹੀ ਰਿਹਾ ਸੀ ਰਾਤ ਨੂੰ, ਇਹ ਸਾਰੇ ਮੁੰਡੇ ਉਰੀ ਸੀ, ਫਿਰ ਦਿਨੇ ਬਸ ਟ੍ਰੇਨਾਂ ਚੱਲੀਆਂ, ਉਦੋਂ ਅੱਧਿਆਂ ਨੇ ਕੰਮ ਸ਼ੁਰੂ ਕਰਤਾ, ਅੱਧੇ ਫਿਰ ਦਿਨੇ ਚਲੇ ਗਏ, ਉਹ ਸਾਰੀ ਰਾਤ ਇਹਨਾਂ ਨੇ ਉਰੀ ਕਟਾਈ ਸਾਡੀ। ਚਲੋ, ਸਾਰੇ ਵੀਰਾਂ ਦਾ ਬਹੁਤ ਧੰਨਵਾਦ। ਜ਼ਰੂਰ ਵੀਰੇ, ਜਿਹੜੇ ਵੀਰ ਭਰਾ ਸਾਡੇ ਵਿਹਲੇ ਬੈਠੇ ਹਨ, ਉਹਨਾਂ ਲਈ ਖਾਸ ਵੀਡੀਓ ਆ ਵੀਰੇ। ਆਓ ਵੀਰੇ, ਉਹਨਾਂ ਜਿਵੇਂ ਨਵਾਂ ਸਾਈਕਲ ਸਿੰਪਲ ਸਾਈਕਲ ਇਹ ਲਿਆਓ, ਇੱਥੇ ਆਓ, ਇੱਥੇ ਉਬਰ ਕਰੋ। ਉਬਰ ਤੋਂ ਬਾਅਦ ਜਿਵੇਂ ਹੋਰ ਇੱਥੇ ਰੈਸਟੋਰੈਂਟ ਬਹੁਤ ਨੇ, ਹਨਾ, ਵੱਡੇ ਵੱਡੇ ਇੱਥੇ ਬਿਲਡਿੰਗਾਂ ਨੇ, ਉਹਨਾਂ ਵਿੱਚ ਵੀ ਤੁਹਾਨੂੰ ਕਿਤੇ ਨਾ ਕਿਤੇ ਕੋਈ ਨਾ ਕੋਈ ਓਪਰਚੁਨਿਟੀ, ਕੋਈ ਕੰਮ ਮਿਲ ਜੂ ਜਦੋਂ ਬਾਹਰ ਨਿਕਲੋਗੇ। ਬੇਸਮੈਂਟਾਂ 'ਚ ਤਾਂ ਵੀਰੇ ਟੈਨਸ਼ਨ ਡਿਪਰੈਸ਼ਨ ਆ, ਜੇ ਉਹ ਤੁਸੀਂ ਫਿਰ ਤੁਹਾਨੂੰ ਪਤਾ ਲੱਗਦਾ ਵੀ ਹੁੰਦਾ ਕੀ ਆ, ਕੋਈ ਸੁਸਾਈਡ ਕਰਦਾ, ਕੋਈ ਕੁਛ ਕਰਦਾ, ਹਨਾ। ਆਓ, ਮਿਹਨਤ ਕਰੋ, ਮਿਹਨਤ ਕਰੋਗੇ ਤਾਂ ਜ਼ਰੂਰ ਕਾਮਯਾਬ ਹੋਵੋਗੇ। ਸਾਰਿਆਂ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ।